रेते तो गिलास जण के शीशा किस तरह बनता है कि तुसी कदे अखां वाला दरख्त देखिया है। आस्ट्रेलिया दे विच सिगरेट पीना इन्ना ज्यादा महंगा क्यों है। ब्राजील देश ने एप्पल फोन दे चार्जर दे उपर क्यों केस कीता सी। अजिही रोचक तत्थ जानने लई जुड़ रहो मेरे नाल। मैं तुहाडा होस्ट जसप्रीत सिंह, तुसी देख रहे हो जो टीवी। ਜਿਹਾ ਤੁਹਾਡੇ ਨਾਲ ਵੀ ਕਈ ਵਾਰ ਹੋਇਆ ਹੋਵੇਗਾ ਕਿ ਜਦੋਂ ਤੁਸੀਂ ਕਿਸੇ ਪੈਕਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਨਹੀਂ ਖੁੱਲ੍ਹਦਾ ਤਾਂ ਤੁਹਾਨੂੰ ਇੱਕ ਅਜੀਬ ਜਿਹੀ ਤਰ੍ਹਾਂ ਦਾ ਗੁੱਸਾ ਆਉਂਦਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਉਸ ਪੈਕਟ ਨੂੰ ਖੋਲ੍ਹਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਤੁਹਾਡੇ ਨਾਲ ਜ਼ਰੂਰ ਅਜਿਹਾ ਹੋਇਆ ਹੋਵੇਗਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਇੱਕ ਬਿਮਾਰੀ ਹੈ ਜਿਹੜੀ ਕਿ ਸ਼ਾਰਟ ਟੈਂਪਰਡ ਲੋਕਾਂ ਨੂੰ ਹੁੰਦੀ ਹੈ। ਇਸ ਬਿਮਾਰੀ ਨੂੰ ਬੈਪਰੇਜ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਨੂੰ ਗੁੱਸਾ ਆਉਂਦਾ ਹੈ ਉਹ ਗੁੱਸਾ ਤੁਹਾਡਾ ਕਿਸੇ ਵੀ ਝਗੜੇ ਦੇ ਵਿੱਚੋਂ ਆਏ ਗੁੱਸੇ ਦੇ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ। ਕਮਾਲ ਦੀ ਗੱਲ ਹੈ ਕਿ ਛੋਟਾ ਜਿਹਾ ਪੈਕਟ ਹੀ ਆਪਾਂ ਨੂੰ ਇੰਨਾ ਜ਼ਿਆਦਾ ਗੁੱਸਾ ਦਵਾ ਦਿੰਦਾ ਹੈ। ਇੱਕ ਸ਼ੇਰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਘਾਹ ਨਹੀਂ ਖਾਂਦਾ, ਚਾਹੇ ਉਹ ਕਿੰਨਾ ਵੀ ਜ਼ਿਆਦਾ ਭੁੱਖਾ ਕਿਉਂ ਨਾ ਹੋਵੇ, ਚਾਹੇ ਫਿਰ ਉਸਦੀ ਭੁੱਖ ਦੇ ਨਾਲ ਜਾਨ ਨਿਕਲ ਜਾਵੇ, ਉਹ ਤਾਂ ਵੀ ਕਦੇ ਜ਼ਿੰਦਗੀ ਦੇ ਵਿੱਚ ਘਾਹ ਨਹੀਂ ਖਾਵੇਗਾ। ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਜਿਹਾ ਹੀ ਕਰਨਾ ਚਾਹੀਦਾ ਹੈ, ਚਾਹੇ ਜ਼ਿੰਦਗੀ ਦੇ ਵਿੱਚ ਕਿੰਨੀ ਵੀ ਪ੍ਰੋਬਲਮ ਆ ਜਾਵੇ, ਤੁਹਾਨੂੰ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਮੈਂ ਇੱਥੇ ਈਗੋ ਜਾਂ ਐਟੀਟਿਊਡ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇੱਥੇ ਗੱਲ ਅਸੂਲਾਂ ਦੀ ਕਰ ਰਿਹਾ ਹਾਂ। ਤੁਸੀਂ ਆਮ ਹੀ ਲੋਕਾਂ ਤੋਂ ਇਹ ਗੱਲ ਸੁਣੀ ਹੋਵੇਗੀ ਕਿ ਉੱਥੇ ਜਾ ਕੇ ਕੀ ਕਰਾਂਗੇ, ਹਵਾ ਖਾਵਾਂਗੇ। ਹਵਾ ਖਾਣ ਵਾਲੀ ਗੱਲ ਨੂੰ ਤੁਸੀਂ ਹਮੇਸ਼ਾ ਮਜ਼ਾਕ ਦੇ ਵਿੱਚ ਲਿਆ ਹੋਵੇਗਾ, ਪਰ ਇਸ ਤੋਂ ਵੱਧ ਨਹੀਂ ਲਓਗੇ, ਕਿਉਂਕਿ ਹੁਣ ਆਕਸੀਜਨ ਬਾਰ ਮਜ਼ਾਕ ਨਹੀਂ ਹੈ। ਦਿੱਲੀ ਦੇ ਵਿੱਚ ਪਹਿਲਾ ਆਕਸੀਜਨ ਬਾਰ ਖੁੱਲ੍ਹ ਗਿਆ ਹੈ। ਇੱਥੇ ਤੁਸੀਂ 300 ਰੁਪਇਆ ਦੇ ਕੇ 15 ਮਿੰਟ ਤੱਕ ਪਿਓਰ ਆਕਸੀਜਨ ਲੈ ਸਕਦੇ ਹੋ ਤੇ ਇਸ ਦੇ ਵਿੱਚ ਕਮਾਲ ਦੀ ਗੱਲ ਇਹ ਵੀ ਹੈ ਕਿ ਇਹ ਆਕਸੀਜਨ ਤੁਹਾਨੂੰ 4-5 ਤਰ੍ਹਾਂ ਦੇ ਫਲੇਵਰ ਦੇ ਵਿੱਚ ਵੀ ਮਿਲ ਜਾਵੇਗੀ। ਕੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸੰਤਰਾ ਖਾਧਾ ਹੈ? ਹੁਣ ਤੁਸੀਂ ਸੋਚੋਗੇ ਕਿ ਇਹ ਕਿਸ ਤਰ੍ਹਾਂ ਦਾ ਸਵਾਲ ਹੈ। ਹਰ ਕੋਈ ਕਹੇਗਾ ਕਿ ਮੈਂ ਸੰਤਰਾ ਖਾਧਾ ਹੈ, ਪਰ ਸ਼ਾਇਦ ਇੱਥੇ ਤੁਸੀਂ ਗਲਤ ਹੋ। ਤੁਸੀਂ ਇਸ ਫੋਟੋ ਨੂੰ ਧਿਆਨ ਦੇ ਨਾਲ ਦੇਖੋ, ਇਸ ਫੋਟੋ ਦੇ ਵਿੱਚ ਜਿਹੜਾ ਤੁਹਾਨੂੰ ਦਿਸ ਰਿਹਾ ਹੈ ਇਹ ਸੰਤਰਾ ਨਹੀਂ ਬਲਕਿ ਟੈਂਜਰੀਨ ਹੈ। ਤੁਸੀਂ ਇਸ ਨੂੰ ਹੀ ਸੰਤਰਾ ਸਮਝ ਕੇ ਆਪਣੀ ਪੂਰੀ ਜ਼ਿੰਦਗੀ ਖਾਧਾ ਹੋਵੇਗਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਸੰਤਰਾ ਕਿਸ ਤਰ੍ਹਾਂ ਦਾ ਹੁੰਦਾ ਹੈ। ਇਸ ਫੋਟੋ ਦੇ ਵਿੱਚ ਖੱਬੇ ਵਾਲੇ ਪਾਸੇ ਟੈਂਜਰੀਨ ਹੈ ਅਤੇ ਸੱਜੇ ਵਾਲੇ ਪਾਸੇ ਸੰਤਰਾ ਹੈ। ਇੱਥੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਟੈਂਜਰੀਨ ਅਤੇ ਸੰਤਰੇ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ। ਯੂਕਰੇਨ ਦੇ ਵਿੱਚ ਰਹਿਣ ਵਾਲੇ ਇੱਕ ਜੋੜੇ ਨੇ ਆਪਣੇ ਆਪ ਨੂੰ ਹੱਥ ਕੜੀਆਂ ਦੇ ਨਾਲ ਬੰਨ ਲਿਆ ਹੈ। ਇਹ ਲੋਕ ਖਾਣਾ ਪੀਣਾ ਇੱਥੋਂ ਤੱਕ ਕਿ ਇੰਟਰਨੈਟ ਬਰਾਊਜ਼ਿੰਗ ਵੀ ਇਕੱਠੇ ਕਰਦੇ ਹਨ। ਇਹ ਜੋੜਾ ਲਗਾਤਾਰ ਅਜਿਹਾ 3 ਮਹੀਨੇ ਕਰਨ ਵਾਲਾ ਹੈ ਤੇ ਇਹਨਾਂ ਨੂੰ ਅਜਿਹਾ ਕਰਦਿਆਂ ਨੂੰ 1 ਮਹੀਨਾ ਹੋ ਵੀ ਗਿਆ ਹੈ। ਜਦੋਂ ਵੀ ਅਸੀਂ ਵਾਸ਼ਰੂਮ ਜਾਂਦੇ ਹਾਂ, ਚਾਹੇ ਅਸੀਂ ਪਿਸ਼ਾਬ ਕਰਨ ਲਈ ਹੀ ਜਾਈਏ, ਤਾਂ ਵੀ ਅਸੀਂ 1 ਬਾਲਟੀ ਜਿੰਨਾ ਪਾਣੀ ਵਰਤ ਦਿੰਦੇ ਹਾਂ। ਇਨਸਾਨ 1 ਦਿਨ ਦੇ ਵਿੱਚ ਐਵਰੇਜ 3 ਵਾਰ ਪਿਸ਼ਾਬ ਕਰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਨਹਾਉਂਦੇ ਸਮੇਂ ਹੀ ਪਿਸ਼ਾਬ ਕਰੋਗੇ ਤਾਂ ਤੁਸੀਂ 1 ਸਾਲ ਦੇ ਵਿੱਚ ਤਕਰੀਬਨ 2000 ਲੀਟਰ ਪਾਣੀ ਬਚਾ ਲਓਗੇ। ਹੁਣ ਤੁਹਾਨੂੰ ਇੱਕ ਅਜਿਹੀ ਮੁਰਗੀ ਦਿਖਾਉਂਦੇ ਹਾਂ ਜਿਹੜੀ ਕਿ ਡਰੈਗਨ ਚਿਕਨ ਹੈ। ਤੁਸੀਂ ਹੁਣ ਇਹ ਮੁਰਗੀ ਨੂੰ ਦੇਖੋ, ਇਹ ਕਾਫੀ ਰੇਅਰ ਕਿਸਮ ਦੀ ਪ੍ਰਜਾਤੀ ਹੈ। ਇਸ ਨੂੰ ਡਾਊਨਟਾਊ ਅਤੇ ਡਰੈਗਨ ਚਿਕਨ ਵੀ ਕਿਹਾ ਜਾਂਦਾ ਹੈ। ਇਹ ਪੂਰੀ ਦੁਨੀਆ ਦੇ ਵਿੱਚੋਂ ਸਿਰਫ 1 ਥਾਂ ਤੇ ਮਿਲਦੀ ਹੈ ਤੇ ਉਹ ਜਗ੍ਹਾ ਹੈ ਡਾਊਨਟਾਊ। ਇਸ ਨੂੰ ਡਰੈਗਨ ਚਿਕਨ ਇਸ ਦੀਆਂ ਲੱਤਾਂ ਤੇ ਸਿਰ ਦੇ ਉੱਪਰ ਬਣੇ ਹੋਏ ਰਿਵਰ ਸਕੇਲ ਕਰਕੇ ਕਿਹਾ ਜਾਂਦਾ ਹੈ। ਇਸ ਦਰਖਤ ਦੀ ਫੋਟੋ ਦੇਖੋ, ਇਸ ਨੂੰ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਕਿਸੇ ਨੇ ਦਰਖਤ ਦੇ ਉੱਪਰ ਬਹੁਤ ਸੋਹਣੀ ਪੇਂਟਿੰਗ ਕੀਤੀ ਹੈ। ਹਰ ਕਿਸੇ ਦੇਖਣ ਵਾਲੇ ਨੂੰ ਪਹਿਲੀ ਨਜ਼ਰ ਦੇ ਵਿੱਚ ਅਜਿਹਾ ਹੀ ਲੱਗੇਗਾ, ਪਰ ਇਸ ਦੇ ਪਿੱਛੇ ਇੱਕ ਹੋਰ ਰਾਜ ਹੈ। ਇਹ ਇੱਕ ਖਾਸ ਤਰ੍ਹਾਂ ਦਾ ਦਰਖਤ ਹੈ ਜਿਸ ਨੂੰ ਕਿ ਐਸਪਨ ਟ੍ਰੀ ਕਿਹਾ ਜਾਂਦਾ ਹੈ। ਇਸ ਦੇ ਉੱਪਰ ਕਿਸੇ ਨੇ ਡਰਾਇੰਗ ਨਹੀਂ ਕੀਤੀ ਹੈ, ਬਲਕਿ ਇਹ ਦਰਖਤ ਕੁਦਰਤੀ ਰੂਪ ਦੇ ਵਿੱਚ ਜਦੋਂ ਵੱਧਦਾ ਹੈ ਤਾਂ ਆਪਣੇ ਆਪ ਇਸ ਦੇ ਇਸ ਤਰ੍ਹਾਂ ਦੀਆਂ ਅੱਖਾਂ ਉਗਾਉਂਦੀਆਂ ਹਨ। ਅਜਿਹਾ ਕਿਉਂ ਅਤੇ ਕਿਵੇਂ ਹੁੰਦਾ ਹੈ ਇਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ। ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਵੱਡੇ ਮੋਨੂਮੈਂਟ ਪਿਲਰ ਨੂੰ ਦੇਖਣ ਜਾਓ, ਉੱਥੇ ਤੁਹਾਨੂੰ ਦਿਲ ਬਣਿਆ ਹੋਇਆ ਜ਼ਰੂਰ ਦਿਖਾਈ ਦੇ ਜਾਵੇਗਾ, ਜਿਹਦੇ ਉੱਪਰ 2 ਪ੍ਰੇਮੀਆਂ ਦਾ ਨਾਮ ਲਿਖਿਆ ਹੋਵੇਗਾ। ਤੁਸੀਂ ਹੁਣ ਇਸ ਫੋਟੋ ਨੂੰ ਦੇਖੋ, ਇਸ ਫੋਟੋ ਦੇ ਵਿੱਚ ਟੌਮ ਕਰੂਜ਼ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇ ਉੱਪਰ ਬੈਠੇ ਨਜ਼ਰ ਆ ਰਹੇ ਨੇ। ਤੁਸੀਂ ਹੁਣ ਇਸ ਫੋਟੋ ਦੇ ਵਿੱਚ ਧਿਆਨ ਦੇ ਨਾਲ ਦੇਖੋ ਕਿ ਲੋਕਾਂ ਨੇ ਬੁਰਜ ਖਲੀਫਾ ਨੂੰ ਵੀ ਨਹੀਂ ਛੱਡਿਆ, ਇਸ ਦੇ ਉੱਪਰ ਵੀ ਦਿਲ ਬਣਾ ਕੇ ਆਪਣਾ ਨਾਮ ਤੇ ਆਪਣੀ ਪ੍ਰੇਮਿਕਾ ਦਾ ਨਾਮ ਲਿਖਾਏ ਨੇ। ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵੀ ਅਜਿਹੇ ਲੋਕ ਰਹਿੰਦੇ ਹਨ। ਇੰਟਰਨੈਟ ਦੇ ਉੱਪਰ ਹਰ ਕਿਸੇ ਦੀ ਆਲੋਚਨਾ ਕਰਨਾ ਆਸਾਨ ਹੈ, ਪਰ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ। ਜਿਸ ਨੂੰ ਕਿ ਇਸ ਜਾਪਾਨੀ ਗਰਲ ਜਾਂ ਕਹੀਏ ਇੱਕ ਅੰਕਲ ਨੇ ਕ੍ਰੋਸ ਕਰ ਦਿੱਤਾ ਹੈ। ਇਹ 50 ਸਾਲਾਂ ਦਾ ਅੰਕਲ ਪਿਛਲੇ 1 ਸਾਲ ਤੋਂ ਲੋਕਾਂ ਨੂੰ ਬਾਈਕਰ ਗਰਲ ਯਾਨੀ ਕਿ ਬਾਈਕਰ ਕੁੜੀ ਬਣ ਕੇ ਬੇਵਕੂਫ ਬਣਾ ਰਿਹਾ ਸੀ। ਇਹ ਫੇਸਮੈਕ ਐਪ ਦੇ ਰਾਹੀਂ ਕੁੜੀ ਬਣ ਕੇ ਵੀਡੀਓ ਤੇ ਫੋਟੋ ਅਪਲੋਡ ਕਰਦਾ ਸੀ। ਇਸ ਤਰ੍ਹਾਂ ਕਰਨ ਦੇ ਨਾਲ ਇਸ 50 ਸਾਲਾ ਆਦਮੀ ਨੇ ਆਪਣੇ ਇੰਟਰਨੈਟ ਦੇ ਉੱਪਰ ਕਾਫੀ ਜ਼ਿਆਦਾ ਫਾਲੋਅਰ ਵੀ ਬਣਾ ਲਏ ਸਨ, ਪਰ ਇੱਕ ਦਿਨ ਇਸ ਦੇ ਫਾਲੋਅਰ ਨੇ ਹੀ ਇਸ ਦੇ ਅਸਲੀ ਚਿਹਰੇ ਨੂੰ ਰੀਅਲ ਮਿਰਰ ਦੇ ਵਿੱਚ ਦੇਖ ਲਿਆ ਤੇ ਉਸ ਤੋਂ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਕੋਈ ਬਾਈਕਰ ਗਰਲ ਨਹੀਂ ਬਲਕਿ 50 ਸਾਲਾਂ ਦੇ ਇੱਕ ਅੰਕਲ ਹਨ। ਆਸਟ੍ਰੇਲੀਆ ਦੇ ਵਿੱਚ ਸਿਗਰਟ ਅਤੇ ਅਲਕੋਹਲ ਪ੍ਰੋਡਕਟ ਕਾਫੀ ਜ਼ਿਆਦਾ ਮਹਿੰਗੇ ਨੇ। ਤੁਸੀਂ ਹੁਣ ਇਹ ਫੋਟੋ ਦੇਖੋ, ਇਸ ਦੇ ਵਿੱਚ ਤੁਲਨਾ ਕੀਤੀ ਗਈ ਹੈ ਇੱਕ ਸਿਗਰਟ ਦੇ ਪੈਕਟ ਦੀ ਕੀਮਤ ਦੇ ਵਿੱਚ ਤੁਸੀਂ ਕਿੰਨੀਆਂ ਸਿਹਤਮੰਦ ਚੀਜ਼ਾਂ ਲੈ ਸਕਦੇ ਹੋ। ਅਜਿਹਾ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਦੇ ਵਿੱਚ ਸਮੋਕਿੰਗ ਅਤੇ ਡਰਿੰਕਿੰਗ ਆਮ ਗੱਲ ਹੈ। ਤੁਸੀਂ ਕਲਕੀ ਕੋਕਲਿਨ ਨੂੰ ਤਾਂ ਜਾਣਦੇ ਹੀ ਹੋਵੋਗੇ, ਇਸ ਨੇ ਗਲੀ ਬੁਆਏ ਅਤੇ ਯੇ ਜਵਾਨੀ ਹੈ ਦਵਾਨੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਗ੍ਰੇਟ ਗ੍ਰੈਂਡ ਫਾਦਰ ਕੌਣ ਸਨ? ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ
ਤੁਸੀਂ ਇਸ ਫੋਟੋ ਨੂੰ ਧਿਆਨ ਦੇ ਨਾਲ ਦੇਖੋ, ਇਹ ਕੋਈ ਫੇਕ ਫੋਟੋ ਨਹੀਂ ਹੈ ਤੇ ਅਜਿਹਾ ਕਰਨ ਦੇ ਵਿੱਚ ਸਨੇਲ ਨੂੰ ਬਿਲਕੁਲ ਵੀ ਸੱਟ ਨਹੀਂ ਲੱਗੀ। ਅਸਲ ਦੇ ਵਿੱਚ ਜੇਕਰ ਸਨੇਲ ਬਲੇਡ ਦੇ ਉੱਪਰ ਸਿੱਧਾ ਵੀ ਚੱਲੇ ਤਾਂ ਵੀ ਉਸ ਨੂੰ ਸੱਟ ਨਹੀਂ ਲੱਗੇਗੀ। ਸਨੇਲ ਦੀ ਚਮੜੀ ਬਹੁਤ ਹੀ ਜ਼ਿਆਦਾ ਤਿਲਕਣ ਵਾਲੀ ਹੈ ਤੇ ਇਸ ਦੇ ਮਸਲ ਬਹੁਤ ਜ਼ਿਆਦਾ ਸੌਫਟ ਹੁੰਦੇ ਹਨ, ਜਿਸ ਦੇ ਕਾਰਨ ਜੇਕਰ ਇਹ ਬਲੇਡ ਦੇ ਉੱਪਰ ਵੀ ਚੱਲਦਾ ਹੈ ਤਾਂ ਵੀ ਬਲੇਡ ਇਸ ਦੇ ਆਰ ਪਾਰ ਨਹੀਂ ਜਾਂਦਾ। ਇੱਕ ਬਹੁਤ ਹੀ ਕਮਾਲ ਦਾ ਫੈਕਟ ਹੈ ਕਿ ਇੱਕ ਵਾਰ ਇੱਕ ਰਿਟਾਇਰਡ ਅਧਿਆਪਕ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਤੇ ਅਚਾਨਕ ਇਸ ਟੀਚਰ ਨੂੰ ਪਤਾ ਲੱਗਦਾ ਹੈ ਕਿ ਜਹਾਜ਼ ਦਾ ਜਿਹੜਾ ਪਾਇਲਟ ਹੈ ਉਹ 30 ਸਾਲ ਪਹਿਲਾਂ ਇਸ ਦੇ ਕੋਲੋਂ ਹੀ ਪੜ੍ਹਿਆ ਸੀ। ਅਸਮਾਨ ਦੇ ਵਿੱਚ ਇਹ ਟੀਚਰ ਅਤੇ ਸਟੂਡੈਂਟ ਦੀ ਬਹੁਤ ਵਧੀਆ ਰੀਯੂਨੀਅਨ ਹੋਈ ਤੇ ਉਸ ਪਾਇਲਟ ਨੂੰ ਦੇਖ ਕੇ ਇਸ ਟੀਚਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਇੰਡੀਆ ਦੇ ਵਿੱਚ ਆਈਫੋਨ ਕਾਫੀ ਜ਼ਿਆਦਾ ਮਹਿੰਗਾ ਹੈ ਪਰ ਲੋਕ ਫਿਰ ਵੀ ਇੱਥੇ ਇਸ ਨੂੰ ਖਰੀਦਦੇ ਹਨ। ਜਦੋਂ ਆਈਫੋਨ ਨੇ ਚਾਰਜਰ ਦੇਣਾ ਬੰਦ ਕੀਤਾ ਤਾਂ ਇਹ ਗੱਲ ਦੇ ਨਾਲ ਕਈ ਲੋਕਾਂ ਨੂੰ ਝਟਕਾ ਵੀ ਲੱਗਿਆ ਕਿਉਂਕਿ ਹੁਣ ਉਹਨਾਂ ਨੂੰ ਇੰਨਾ ਮਹਿੰਗਾ ਆਈਫੋਨ ਲੈਣ ਤੋਂ ਬਾਅਦ ਅਲੱਗ ਤੋਂ ਚਾਰਜਰ ਖਰੀਦਣ ਦੇ ਲਈ ਵੀ ਪੈਸੇ ਦੇਣੇ ਪੈਣਗੇ। ਪਰ ਕੀ ਤੁਹਾਨੂੰ ਪਤਾ ਹੈ ਕਿ ਬ੍ਰਾਜ਼ੀਲ ਦੇਸ਼ ਨੇ ਐਪਲ ਫੋਨ ਦੇ ਉੱਪਰ $2 million ਦਾ ਫਾਈਨ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਫੋਨ ਦੇ ਵਿੱਚੋਂ ਚਾਰਜਰ ਕੱਢ ਲਿਆ ਸੀ ਪਰ ਆਪਣੀ ਕੀਮਤ ਘੱਟ ਨਹੀਂ ਕੀਤੀ ਸੀ। ਇਨਸਾਨੀ ਮਨੋਵਿਗਿਆਨ ਤੋਂ ਇਹ ਚੀਜ਼ ਪਤਾ ਲੱਗੀ ਹੈ ਕਿ ਸਾਡੇ ਦਿਮਾਗ ਨੂੰ ਇਹ ਮਨਾਉਣਾ ਬਹੁਤ ਜ਼ਿਆਦਾ ਔਖਾ ਹੈ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਸਾਨੂੰ ਇਹ ਮਿਲਣਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਸਾਡਾ ਦਿਮਾਗ ਬਹੁਤ ਜ਼ਿਆਦਾ ਇਮੋਸ਼ਨਲ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਥੀ ਕਾਫੀ ਜ਼ਿਆਦਾ ਸ਼ਾਨਦਾਰ ਅਤੇ ਕਮਾਲ ਦਾ ਜਾਨਵਰ ਹੈ। ਇਹ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਫੀਲ ਜਾਂ ਕਹੀਏ ਮਹਿਸੂਸ ਕਰਦੇ ਹਨ। ਜਿਵੇਂ ਕਿ ਕਿਸੇ ਹਾਥੀ ਦਾ ਪਾਰਟਨਰ ਜਾਂ ਕਹੀਏ ਸਾਥੀ ਮਰ ਜਾਵੇ ਤਾਂ ਉਹ ਵੀ ਉਦਾਸ ਹੋ ਕੇ ਉਸ ਜਗ੍ਹਾ ਤੇ ਹੀ ਬੈਠਾ ਰਹਿੰਦਾ ਹੈ ਤੇ ਖਾਣਾ ਪੀਣਾ ਛੱਡ ਦਿੰਦਾ ਹੈ। ਕਈ ਵਾਰ ਹਾਥੀ ਇੱਕ ਦੂਜੇ ਦੇ ਵਿਛੋੜੇ ਦੇ ਵਿੱਚ ਜਾਨ ਵੀ ਦੇ ਦਿੰਦੇ ਹਨ। ਗਲਾਸ ਯਾਨੀ ਕਿ ਸ਼ੀਸ਼ਾ ਇੱਕ ਅਜਿਹੀ ਚੀਜ਼ ਹੈ ਜਿਸ ਦੀ ਵਰਤੋਂ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ। ਜਿੱਥੇ ਤੁਸੀਂ ਬੈਠੇ ਹੋ ਉਸ ਦੇ 10 ਮੀਟਰ ਦੇ ਏਰੀਆ ਦੇ ਵਿੱਚ ਇੱਕ ਨਾ ਇੱਕ ਚੀਜ਼ ਜ਼ਰੂਰ ਗਲਾਸ ਤੋਂ ਬਣੀ ਹੋਈ ਹੋਵੇਗੀ। ਗਲਾਸ ਯਾਨੀ ਕਿ ਸ਼ੀਸ਼ਾ 2 ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਹੈ ਸਧਾਰਨ ਗਲਾਸ, ਦੂਜਾ ਹੈ ਸਪੈਸ਼ਲ ਪਰਪਜ਼ ਲਈ ਤਿਆਰ ਕੀਤਾ ਗਿਆ ਵਾਟਰਪਰੂਫ ਗਲਾਸ। ਪਰ ਜ਼ਿਆਦਾਤਰ ਚੀਜ਼ਾਂ ਸਧਾਰਨ ਗਲਾਸ ਤੋਂ ਹੀ ਬਣਦੀਆਂ ਹਨ ਤੇ ਸਧਾਰਨ ਗਲਾਸ ਵੀ ਸੈਂਡ ਜਾਂ ਕਹੀਏ ਰੇਤੇ ਤੋਂ ਹੀ ਬਣਦਾ ਹੈ। ਸਧਾਰਨ ਗਲਾਸ ਬਣਾਉਣ ਲਈ ਜਿਹੜੇ ਰੇਤੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਵਿੱਚ ਸਿਲੀਕਾ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਵਿੱਚ ਸਿਲੀਕਾ 98% ਹੁੰਦਾ ਹੈ। ਇਸ ਤੋਂ ਬਾਅਦ ਇਸ ਦੇ ਵਿੱਚ ਚੂਨਾ ਅਤੇ ਸੋਡਾ ਮਿਲਾਇਆ ਜਾਂਦਾ ਹੈ। ਫਿਰ ਇਹ ਸਾਰੇ ਫਰਨਸ ਨੂੰ ਗਲਾਸ ਦੇ ਮੈਲਟਿੰਗ ਪੁਆਇੰਟ ਤੱਕ ਗਰਮ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹ ਸੈਮੀ ਸੋਲਿਡ ਅਤੇ ਸੈਮੀ ਲਿਕੁਇਡ ਬਣ ਜਾਂਦਾ ਹੈ ਤੇ ਫਿਰ ਇਸ ਨੂੰ ਤੁਸੀਂ ਆਪਣੀ ਮਨਮਰਜ਼ੀ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਆਕਾਰ ਦੇ ਵਿੱਚ ਮੋੜ ਸਕਦੇ ਹੋ ਤੇ ਗਰਮ ਸ਼ੀਸ਼ੇ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਪਾ ਕੇ ਇਸ ਨੂੰ ਜੋ ਚਾਹੋ ਰੰਗ ਦੇ ਸਕਦੇ ਹੋ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਜੋ ਟੀਵੀ ਦੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।